ਚੰਨੀ ਜੀ ਕੀ ਕਹਿ ਰਿਹਾ ਮੂਡ ਜਨਤਾ ਦਾ? ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ। ਮੈਂ ਧੰਨਵਾਦੀ ਹਾਂ ਜਲੰਧਰ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਅਸੈਪਟ ਕੀਤਾ, ਤੇ ਬਹੁਤ ਵੱਡਾ ਰੁਝਾਨ ਹੈ ਤੇ ਲੋਕ ਮੈਨੂੰ ਸਵੇਰ ਤੋਂ ਵਧਾਈਆਂ ਦੇ ਰਹੇ ਹੈ, ਤਾਂ ਇਹ ਵਧਾਈਆਂ ਜਲੰਧਰ ਦੇ ਲੋਕਾਂ ਦੀਆਂ। ਕੀਮਤ ਦਸ਼ਾ ਤੇ ਦਿਸ਼ਾ ਕੀ ਲੋਕ ਸਭਾ ਚੁਣਾਵ ਐਤਕੀ 2024 ਦਾ ਤੁਹਾਨੂੰ ਲੱਗਦਾ ਹੈ? ਇੰਨਾ ਲੰਬਾ ਤੁਹਾਡਾ ਤਜਰਬਾ ਹੈ, ਕੀ ਰਹੇਗਾ? ਇੱਕ ਨਵੀਂ ਸੋਚ ਦੇ ਨਾਲ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਔਰ ਅਲਾਇੰਸ ਹੈ ਜਿਹੜੀ, ਇੰਡੀਆ ਅਲਾਇੰਸ, ਉਹ ਅੱਗੇ ਆਏਗਾ। ਮੈਂ ਪ੍ਰਗਟ ਸਿੰਘ ਉਹਨਾਂ ਨੂੰ ਮਿਲ ਕੇ ਆਇਆ, ਉਹ ਕਹਿ ਰਹੇ ਨੇ ਕਿ ਚੰਨੀ ਜੀ ਤਾਂ ਲੀਡ ਲੈ ਚੁੱਕੇ ਨੇ। ਇਹ ਲੋਕ ਕਹਿ ਰਹੇ, ਮੈਂ ਨਹੀਂ ਕਹਿ ਰਿਹਾ। ਬਹੁਤ ਧੰਨਵਾਦ ਆ ਗਿਆ। ਹਾਂ ਬਿਲਕੁਲ, ਇੱਕ ਸਵਾਲ ਹੋਰ ਚੰਨੀ ਜੀ ਆਉਂਦਾ ਹੈ ਕਿ ਮਸਲੇ ਐਤਕੀ ਬਹੁਤ ਵੱਡੇ ਰਹੇ ਨੇ, ਤੁਸੀਂ ਲਗਾਤਾਰ ਪ੍ਰਚਾਰ ਕੀਤਾ, ਕੀ ਵੱਡੇ ਮਸਲੇ ਤੁਹਾਨੂੰ ਪੰਜਾਬ ਦੇ ਲੱਗਦੇ ਨੇ? ਮਸਲਾ ਜਲੰਧਰ ਦਾ। ਹੋਰ ਜੀ ਠੀਕ ਹੋ? ਬਹੁਤ ਧੰਨਵਾਦ। ਜਲੰਧਰ ਦਾ ਸਭ ਤੋਂ ਬੜਾ ਮਸਲਾ ਇੱਥੇ ਨਸ਼ੇ ਦੀ ਭਰਮਾਰ ਹੈ ਤੇ ਲਾਅ ਐਂਡ ਆਰਡਰ ਦੀ ਸਥਿਤੀ ਹੈ। ਇੱਥੇ ਚੈਨੀਆਂ ਖੋ ਹੋ ਜਾਂਦੀਆਂ, ਇੱਥੇ ਚੋਰੀਆਂ ਹੋ ਰਹੀਆਂ, ਲੁੱਟਾਂ ਹੋ ਰਹੀਆਂ। ਕਿਹਦੇ ਨਾਲ ਮੁਕਾਬਲਾ ਦੇਖਦੇ ਹੋ ਆਪਣਾ? ਮੁਕਾਬਲਾ ਕਿਸੇ ਨਾਲ ਨਹੀਂ, ਬਾਕੀ ਦੂਜੀ ਤੀਜੀ ਚੌਥੀ ਪੋਜੀਸ਼ਨ ਵਾਸਤੇ ਲੜ ਰਹੇ। ਅੱਛਾ, ਇੱਕ ਹੋਰ ਸਵਾਲ ਜ਼ਹਿਨ ਚ ਆਉਂਦਾ, ਜਦੋਂ ਤੁਸੀਂ ਮਿਲਦੇ ਹੋ ਲੋਕਾਂ ਨਾਲ, ਲਗਾਤਾਰ ਤੁਸੀਂ ਵਿਚਰ ਰਹੇ ਹੋ ਔਰ ਲਗਾਤਾਰ ਇੱਥੇ ਲੋਕਾਂ ਨਾਲ ਵੀ ਮਿਲ ਰਹੇ ਨੇ, ਕਿੰਨੀ ਕੁ ਸੀਟਾਂ ਤੁਸੀਂ ਦੇਖਦੇ ਹੋ ਪੰਜਾਬ ਚ? ਪੰਜਾਬ ਚ ਹੁੰਜਾ ਫਿਰ ਜਿੱਤ ਕਰਾਂਗੇ। ਅੱਛਾ, ਉਹ ਕਹਿੰਦੇ ਆਮ ਆਦਮੀ ਪਾਰਟੀ ਨੂੰ ਬੀ ਟੀਮ ਦੱਸਦੇ ਆ ਪ੍ਰਗਟ ਜੀ, ਉਹ ਹੈ ਹੀ ਹੈ ਵੀ ਉਹ ਇੱਕੋ ਥਾਲੀ ਦੇ ਚਿੱਟੇ ਵੱਟੇ ਆ ਦੋਨੋਂ ਜਣੇ, ਆਮ ਆਦਮੀ ਪਾਰਟੀ ਦੇ ਬੀਜੇਪੀ। ਥੈਂਕ ਯੂ ਜੀ। ਤਾਂ ਚਰਨਜੀਤ ਸਿੰਘ ਚੰਨੀ ਲੋਕਾਂ ਨਾਲ ਮਿਲ ਰਹੇ ਨੇ, ਲੋਕ ਸਭਾ ਹਲਕੇ ਜਲੰਧਰ ਵਿੱਚ ਪਹੁੰਚੇ ਨੇ ਜਿੱਥੇ ਮਤਦਾਨ ਹੋ ਰਿਹਾ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਲੋਕਾਂ ਨੂੰ ਇੱਥੇ ਮਿਲ ਰਹੇ ਨੇ, ਦਾਅਵਾ ਕੀਤਾ ਆਪਣੀ ਜਿੱਤ ਦਾ ਜਿੱਦਾਂ ਸਾਰੇ ਕੈਂਡੀਡੇਟ ਕਰਦੇ ਨੇ। ਹੁਣ ਇਹ ਦੱਸਣਾ ਹੋਏਗਾ, ਦੇਖਣਾ ਹੋਏਗਾ ਜਿਹੜਾ ਰਿਜ਼ਲਟ ਹੈ, ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਿਬ ਕਿ ਮਤਦਾਨ ਜਿੱਥੇ ਹੋ ਰਿਹਾ ਪੋਲਿੰਗ ਬੂਥ ਉੱਥੇ ਪਹੁੰਚੇ ਨੇ ਚਰਨਜੀਤ ਸਿੰਘ ਚੰਨੀ, ਲੋਕਾਂ ਨਾਲ ਮਿਲ ਰਹੇ ਨੇ ਔਰ ਜਿੱਤ ਦਾ ਦਾਅਵਾ ਵੀ ਕਰਦੇ ਨੇ। ਹਰ ਕੈਂਡੀਡੇਟ ਆਪਣੀ ਜਿੱਤ ਦਾ ਦਾਅਵਾ ਕਰਦਾ ਹੈ ਕਿ ਮੁਕਾਬਲਾ ਉਹਨਾਂ ਨਾਲ ਕਿਸੇ ਨਾਲ ਲਈ ਦਾਅਵਾ ਕੀਤਾ ਹੈ, ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸੱਧਿਆ ਹੈ। ਲੇਕਿਨ ਇਹ 4 ਜੂਨ ਨੂੰ ਹੀ ਪਤਾ ਲੱਗੇਗਾ ਕਿ ਚੈਂਪੀਅਨ ਕੌਣ ਬਣੇਗਾ, ਕਿਵੇਂ ਦਾ ਮਾਹੌਲ ਰਹੇਗਾ। ਚੰਨੀ ਜੀ ਲਾਸਟ ਸਵਾਲ ਹੈ ਕਿ ਲੋਕੀ ਗਰਮੀ ਹੈ, ਮਤਦਾਨ ਵੱਧ ਤੋਂ ਵੱਧ ਕਰਨ, ਅਪੀਲ ਕਰਦਾ ਨਹੀਂ? ਲੋਕ ਪਿਆਰ ਕਰਦੇ ਮੈਨੂੰ, ਆਪਣੀ ਗਰਮੀ ਦੀ ਬਿਨਾਂ ਪਰਵਾਹ ਕਰੇ ਵੋਟ ਪਾਉਣ ਆਏ। ਚੰਨੀ ਜੀ ਕੀ ਕਹਿ ਰਿਹਾ ਮੂਡ ਜਨਤਾ ਦਾ? ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ। ਮੈਂ ਧੰਨਵਾਦੀ ਹਾਂ ਜਲੰਧਰ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਅਸੈਪਟ ਕੀਤਾ, ਤੇ ਬਹੁਤ ਵੱਡਾ ਰੁਝਾਨ ਹੈ ਤੇ ਲੋਕ ਮੈਨੂੰ ਸਵੇਰ ਤੋਂ ਵਧਾਈਆਂ ਦੇ ਰਹੇ ਹੈ, ਤਾਂ ਇਹ ਵਧਾਈਆਂ ਜਲੰਧਰ ਦੇ ਲੋਕਾਂ ਦੀਆਂ। ਕੀਮਤ ਦਸ਼ਾ ਤੇ ਦਿਸ਼ਾ ਕੀ ਲੋਕ ਸਭਾ ਚੁਣਾਵ ਐਤਕੀ 2024 ਦਾ ਤੁਹਾਨੂੰ ਲੱਗਦਾ ਹੈ? ਇੰਨਾ ਲੰਬਾ ਤੁਹਾਡਾ ਤਜਰਬਾ ਹੈ, ਕੀ ਰਹੇਗਾ? ਇੱਕ ਨਵੀਂ ਸੋਚ ਦੇ ਨਾਲ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਔਰ ਅਲਾਇੰਸ ਹੈ ਜਿਹੜੀ, ਇੰਡੀਆ ਅਲਾਇੰਸ, ਉਹ ਅੱਗੇ ਆਏਗਾ। ਮੈਂ ਪ੍ਰਗਟ ਸਿੰਘ ਉਹਨਾਂ ਨੂੰ ਮਿਲ ਕੇ ਆਇਆ, ਉਹ ਕਹਿ ਰਹੇ ਨੇ ਕਿ ਚੰਨੀ ਜੀ ਤਾਂ ਲੀਡ ਲੈ ਚੁੱਕੇ ਨੇ। ਇਹ ਲੋਕ ਕਹਿ ਰਹੇ, ਮੈਂ ਨਹੀਂ ਕਹਿ ਰਿਹਾ। ਬਹੁਤ ਧੰਨਵਾਦ ਆ ਗਿਆ। ਹਾਂ ਬਿਲਕੁਲ, ਇੱਕ ਸਵਾਲ ਹੋਰ ਚੰਨੀ ਜੀ ਆਉਂਦਾ ਹੈ ਕਿ ਮਸਲੇ ਐਤਕੀ ਬਹੁਤ ਵੱਡੇ ਰਹੇ ਨੇ, ਤੁਸੀਂ ਲਗਾਤਾਰ ਪ੍ਰਚਾਰ ਕੀਤਾ, ਕੀ ਵੱਡੇ ਮਸਲੇ ਤੁਹਾਨੂੰ ਪੰਜਾਬ ਦੇ ਲੱਗਦੇ ਨੇ? ਮਸਲਾ ਜਲੰਧਰ ਦਾ। ਹੋਰ ਜੀ ਠੀਕ ਹੋ? ਬਹੁਤ ਧੰਨਵਾਦ। ਜਲੰਧਰ ਦਾ ਸਭ ਤੋਂ ਬੜਾ ਮਸਲਾ ਇੱਥੇ ਨਸ਼ੇ ਦੀ ਭਰਮਾਰ ਹੈ ਤੇ ਲਾਅ ਐਂਡ ਆਰਡਰ ਦੀ ਸਥਿਤੀ ਹੈ। ਇੱਥੇ ਚੈਨੀਆਂ ਖੋ ਹੋ ਜਾਂਦੀਆਂ, ਇੱਥੇ ਚੋਰੀਆਂ ਹੋ ਰਹੀਆਂ, ਲੁੱਟਾਂ ਹੋ ਰਹੀਆਂ। ਕਿਹਦੇ ਨਾਲ ਮੁਕਾਬਲਾ ਦੇਖਦੇ ਹੋ ਆਪਣਾ? ਮੁਕਾਬਲਾ ਕਿਸੇ ਨਾਲ ਨਹੀਂ, ਬਾਕੀ ਦੂਜੀ ਤੀਜੀ ਚੌਥੀ ਪੋਜੀਸ਼ਨ ਵਾਸਤੇ ਲੜ ਰਹੇ। ਅੱਛਾ, ਇੱਕ ਹੋਰ ਸਵਾਲ ਜ਼ਹਿਨ ਚ ਆਉਂਦਾ, ਜਦੋਂ ਤੁਸੀਂ ਮਿਲਦੇ ਹੋ ਲੋਕਾਂ ਨਾਲ, ਲਗਾਤਾਰ ਤੁਸੀਂ ਵਿਚਰ ਰਹੇ ਹੋ ਔਰ ਲਗਾਤਾਰ ਇੱਥੇ ਲੋਕਾਂ ਨਾਲ ਵੀ ਮਿਲ ਰਹੇ ਨੇ, ਕਿੰਨੀ ਕੁ ਸੀਟਾਂ ਤੁਸੀਂ ਦੇਖਦੇ ਹੋ ਪੰਜਾਬ ਚ? ਪੰਜਾਬ ਚ ਹੁੰਜਾ ਫਿਰ ਜਿੱਤ ਕਰਾਂਗੇ। ਅੱਛਾ, ਉਹ ਕਹਿੰਦੇ
ਆਮ ਆਦਮੀ ਪਾਰਟੀ ਨੂੰ ਬੀ ਟੀਮ ਦੱਸਦੇ ਆ ਪ੍ਰਗਟ ਜੀ? ਉਹ ਹੈ ਹੀ ਹੈ ਵੀ ਉਹ ਇੱਕੋ ਥਾਲੀ ਦੇ ਚਿੱਟੇ ਵੱਟੇ ਆ ਦੋਨੋਂ ਜਾਣੇ, ਆਮ ਆਦਮੀ ਪਾਰਟੀ ਦੇ ਬੀਜੇਪੀ। ਥੈਂਕ ਯੂ ਜੀ। ਤਾਂ ਚਰਨਜੀਤ ਸਿੰਘ ਚੰਨੀ ਲੋਕਾਂ ਨਾਲ ਮਿਲ ਰਹੇ ਨੇ, ਲੋਕ ਸਭਾ ਹਲਕੇ ਜਲੰਧਰ ਵਿੱਚ ਪਹੁੰਚੇ ਨੇ ਜਿੱਥੇ ਮਤਦਾਨ ਹੋ ਰਿਹਾ, ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਲੋਕਾਂ ਨੂੰ ਇੱਥੇ ਮਿਲਦੇ ਨੇ, ਦਾਅਵਾ ਕੀਤਾ ਆਪਣੀ ਜਿੱਤ ਦਾ ਜਿੱਦਾਂ ਸਾਰੇ ਕੈਂਡੀਡੇਟ ਕਰਦੇ ਨੇ। ਹੁਣ ਇਹ ਦੱਸਣਾ ਹੋਏਗਾ, ਦੇਖਣਾ ਹੋਏਗਾ ਜਿਹੜਾ ਰਿਜ਼ਲਟ ਹੈ, ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਿਬ ਕਿ ਮਤਦਾਨ ਜਿੱਥੇ ਹੋ ਰਿਹਾ ਪੋਲਿੰਗ ਬੂਥ ਉੱਥੇ ਪਹੁੰਚੇ ਨੇ ਚਰਨਜੀਤ ਸਿੰਘ ਚੰਨੀ, ਲੋਕਾਂ ਨਾਲ ਮਿਲ ਰਹੇ ਨੇ ਔਰ ਜਿੱਤ ਦਾ ਦਾਅਵਾ ਵੀ ਕਰਦੇ ਨੇ। ਹਰ ਕੈਂਡੀਡੇਟ ਆਪਣੀ ਜਿੱਤ ਦਾ ਦਾਅਵਾ ਕਰਦਾ ਹੈ ਕਿ ਮੁਕਾਬਲਾ ਉਹਨਾਂ ਨਾਲ ਕਿਸੇ ਨਾਲ ਲਈ ਦਾਅਵਾ ਕੀਤਾ ਹੈ, ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸੱਧਿਆ ਹੈ। ਲੇਕਿਨ ਇਹ 4 ਜੂਨ ਨੂੰ ਹੀ ਪਤਾ ਲੱਗੇਗਾ ਕਿ ਚੈਂਪੀਅਨ ਕੌਣ ਬਣੇਗਾ, ਕਿਵੇਂ ਦਾ ਮਾਹੌਲ ਰਹੇਗਾ। ਚੰਨੀ ਜੀ, ਲਾਸਟ ਸਵਾਲ ਹੈ ਕਿ ਲੋਕੀ ਗਰਮੀ ਹੈ, ਮਤਦਾਨ ਵੱਧ ਤੋਂ ਵੱਧ ਕਰਨ, ਅਪੀਲ ਕਰਦਾ ਨਹੀਂ ਲੋਕ ਪਿਆਰ ਕਰਦੇ ਮੈਨੂੰ, ਆਪਣੀ ਗਰਮੀ ਦੀ ਬਿਨਾਂ ਪਰਵਾਹ ਕਰੇ ਵੋਟ ਪਾਉਣਾ ਹੈ।